ਅੱਜ ਪਟਿਆਲਾ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਿਆਲਾ ਦੇ ਨਵੇਂ ਬੱਸ ਸਟੈਂਡ ਦਾ ਦੌਰਾ ਕੀਤਾ ਤੇ ਹੋਰ ਕਈ ਉਦਘਾਟਨ ਕੀਤੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਆਪਣੇ MLA ਸਾਹਿਬਾਨ ਦੀ ਤਾਰੀਫ ਕਰਦਿਆਂ ਕਿਹਾ ਕਿ ਉਹਨਾਂ ਦੇ MLA ਮਿਹਨਤੀ, ਸੂਝਵਾਨ ਅਤੇ ਲੋਕ ਪੱਖੀ ਹਨ। ਪਟਿਆਲਾ ਦੇ ਨਵੀਨੀਕਰਨ ਸੰਬੰਧੀ ਉਹਨਾਂ ਕਿਹਾ ਕਿ ਜਲਦ ਹੀ ਰਜਿੰਦਰਾ ਟੈਂਕ ਨੂੰ ਟੂਰਿਜ਼ਮ ਸਪੌਟ ਵਜੋਂ ਲੋਕਾਂ ਦੇ ਰੂਬਰੂ ਕੀਤਾ ਜਾਵੇਗਾ ਅਤੇ ਹੋਰ ਕਈ ਕੰਮ ਵੀ ਕੀਤੇ ਜਾਣਗੇ। ਉਹਨਾਂ ਕਿਹਾ ਕਿ ਸ਼ਹਿਰੀ ਸੜਕਾਂ, ਜਿਨ੍ਹਾਂ ਨੂੰ ਲੰਮੇ ਸਮੇਂ ਤੋਂ ਨਜ਼ਰਅੰਦਾਜ਼ ਕੀਤਾ ਗਿਆ ਸੀ, ਉਹਨਾਂ 'ਤੇ ਵੀ 12.5 ਕਰੋੜ ਖਰਚੇ ਜਾਣਗੇ ਤਾਂ ਜੋ ਲੋਕਾਂ ਨੂੰ ਵਧੀਆ ਸਹੂਲਤਾਂ ਮਿਲ ਸਕਣ। ਮੁੱਖ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਹ ਸਰਕਾਰ ਦਾ ਕੌਨਫੀਡੈਂਸ਼ੀਅਲ ਮਾਮਲਾ ਹੈ ਜਿਸ 'ਤੇ ਉਹ ਕੁਝ ਨਹੀਂ ਕਹਿਣਗੇ। ਉਹਨਾਂ ਕਿਹਾ ਕਿ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਖਿਡਾਰੀਆਂ ਨੂੰ ਵੱਡੇ ਇਨਾਮ ਦੇਣ ਦਾ ਵੀ ਐਲਾਨ ਕੀਤਾ ਜਾ ਚੁੱਕਿਆ ਹੈ। ਉਹਨਾਂ ਕਿਹਾ ਕਿ ਸੂਬੇ ਵਿੱਚ ਨਿਵੇਸ਼ਕਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਤਾਂ ਜੋ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕਣ। ਚਾਹੇ ਮੈਂ ਤੇਲੰਗਾਨਾ ਗਿਆ ਸੀ, ਉੱਥੇ ਉਹਨਾਂ ਨੇ ਆਪਣੀ ਲੈਂਗੁਏਜ ਲਿਖੀ ਹੋਈ ਹੈ, ਤੇਲਗੂ ਲਿਖੀ ਹੋਈ ਹੈ। ਮੈਂ ਚੇਨਈ ਗਿਆ, ਉਹਨਾਂ ਨੇ ਆਪਣੀ ਲੈਂਗੁਏਜ ਉੱਪਰ ਲਿਖੀ ਹੋਈ ਹੈ। ਸੋ ਭਾਸ਼ਾ ਨੂੰ ਪਿਆਰ ਕਰਦੇ, ਭਾਸ਼ਾ ਦੇ ਆਧਾਰ ਤੇ ਸੂਬਾ ਬਣਿਆ ਤਾਂ ਸਾਡੀ ਪੰਜਾਬੀ ਭਾਸ਼ਾ ਜਿਹੜੀ ਹੈ ਉਹ ਜਿਹੜੀ ਹੈ ਉੱਪਰ ਰਹਿਣੀ ਚਾਹੀਦੀ ਹੈ ਤੇ ਪੰਜਾਬੀ ਭਾਸ਼ਾ ਨੂੰ ਪੜ੍ਹਾਇਆ ਵੀ ਜਾਊਗਾ। ਪੰਜਾਬੀ ਭਾਸ਼ਾ ਦੇ ਟੀਚਰ ਵੀ ਰੱਖੇ ਜਾਣਗੇ ਤਾਂ ਕਿ ਸਾਡੀ ਜਿਹੜੀ ਬੋਲੀ ਹੈ ਉਹਨੂੰ ਅਸੀਂ ਜਿਹੜਾ ਹੋਰ ਉੱਚਾ। ਮਾਨ ਸਾਹਿਬ, ਵਿਰੋਧੀ ਲਾ ਨੇ ਆਰਡਰ ਦੇ ਬੜੇ ਸਵਾਲ ਚੁੱਕਦੇ ਸਰਕਾਰ ਤੋਂ, ਜਿਹੜਾ ਬੀਜੇਪੀ ਲੈ ਰਹੀ ਹੈ ਪਿੱਛੇ ਮਨਪ੍ਰੀਤ ਬਾਦਲ ਜਿਹੜੇ ਭਾਜਪਾ ਸ਼ਾਮਿਲ ਹੋ, ਹੁਣ ਖਬਰ ਆ ਰਹੀ ਹੈ ਕਹਿੰਦੇ ਮਹਾਰਾਣੀ ਪਰਨੀਤ ਕੌਰ ਵੀ ਭਾਜਪਾ ਸ਼ਾਮਿਲ ਹੋਣ ਜਾ ਰਹੇ ਹਨ। ਕਿਰਪਾ ਕਰਕੇ ਆਪਣੇ ਆਪਣੇ ਪਰਿਵਾਰ ਜਾਓ, ਵਾਰੀ ਆਊਗੀ ਤੁਹਾਡੀ ਵੀ ਆਊਗੀ ਕਾਨੂੰਨੀ ਅੜਚਣਾ ਦੂਰ ਕਰ ਲੈਣ ਤੋਂ। ਇਹ ਨਾ ਹੋਵੇ ਕਿ ਅਸੀਂ ਤੁਹਾਨੂੰ ਨਿਯੁਕਤੀ ਲੈਟਰ ਫੜਾ ਦਈਏ। ਅਸੀਂ ਚੇਨਈ ਜਾ ਕੇ ਆਏ ਹਾਂ, ਅਸੀਂ ਦਿੱਲੀ ਜਾ ਦੇ ਵਪਾਰੀਆਂ ਨੂੰ ਬੁਲਾ ਰਹੇ ਹਾਂ, ਮੁੰਬਈ ਜਾ ਰਹੇ ਹਾਂ ਤਾਂ ਕਿ ਪੰਜਾਬ ਦੇ ਵਿੱਚ ਇੰਡਸਟਰੀ ਆਵੇ, ਸਾਡੇ ਨੌਜਵਾਨ ਮੁੰਡੇ ਕੁੜੀਆਂ ਨੂੰ ਕੰਮ ਮਿਲੇ ਔਰ ਬਹੁਤ ਵੱਡੇ ਪੱਧਰ ਤੇ 22-23 ਫਰਵਰੀ ਨੂੰ ਸਾਡਾ ਇਨਵੈਸਟ ਇਨ ਪੰਜਾਬ ਜਿਹੜਾ ਸਬਮਿਟ ਹੈ ਉਹ ਸਬਮਿਟ ਤੇ ਬਹੁਤ ਵੱਡੇ ਵੱਡੇ ਜਿਹੜੇ ਪਹਿਲਾਂ ਆਉਣ ਤੋਂ ਕਤਰਾਉਂਦੇ ਸੀ ਜਾਂ ਆ ਕੇ ਇੱਥੋਂ ਨਿਰਾਸ਼ ਹੋ ਕੇ ਚਲੇ ਗਏ ਸੀ, ਮਾਨ ਸਾਹਿਬ ਤੋਂ ਪੈਸਾ ਹਿੱਸਾ ਉਹ ਆਉਣਗੇ ਆ ਕੇ ਇੱਥੇ ਫੈਕਟਰੀਆਂ ਲਾਉਣ, ਪਰ ਸਾਡੇ ਵਾਤਾਵਰਨ ਨੂੰ ਕੋਈ ਦੂਸ਼ਿਤ ਕਰਨ ਦਾ ਕਿਸੇ ਨੂੰ ਇਜਾਜ਼ਤ ਦਿੱਤੀ ਜਾਊਗੀ। ਸਾਡੇ ਮੁੰਡੇ ਕੁੜੀਆਂ ਨੂੰ ਕੰਮ ਦੇਣ, ਪੰਜਾਬ ਨੂੰ ਅਸੀਂ ਨੰਬਰ 1 ਸੂਬਾ ਜਿਹੜਾ ਦੇਸ਼ ਦਾ ਬਣਾਉਣਾ ਹੈ ਤੇ ਪੰਜਾਬੀ ਜਿਹੜੇ ਨੇ ਪੂਰੀ ਦੁਨੀਆ 'ਚ ਕਾਮਯਾਬ ਨੇ, ਪੰਜਾਬ 'ਚ ਵੀ ਕਾਮਯਾਬ ਹੋ ਗਏ ਤਾਂ ਪੰਜਾਬੀ ਜਿਹੜੇ ਨੇ ਉਹ ਗਲੋਬਲ ਜਿਹੜੀ ਕੌਮ ਹੈ ਨੰਬਰ 1 ਕੌਮ ਸਾਡੀ ਪੰਜਾਬੀ ਹੋਊਗੀ।